ਕਿੱਦਾਂ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ। ਮੈਂ ਤੁਹਾਨੂੰ ਕਿਹਾ ਸੀਗਾ ਵਿਊ ਪੁਆਇੰਟ ਤੁਹਾਨੂੰ ਦਿਖਾਉਣਾ ਆ, ਉੱਧਰ ਲੈ ਕੇ ਆਇਆ। ਨਾਲੇ ਆ ਫੀਫਾ ਵਾਲਾ ਚੱਲਦਾ ਪਿਆ, ਕਾਮ ਡਾਊਨ ਵਗੈਰਾ, ਇਹ ਵੀ ਮੈਂ ਕਿਹਾ ਚਲੋ ਦਿਖਾ ਦੇਵਾਂ। ਅੱਜ ਸਾਰਾ ਕਲੀਅਰ ਸੀਗਾ, ਫੋਟੋਆਂ ਕਲੀਅਰ ਆ ਗਈਆਂ ਇਹਦੀਆਂ ਵੀ। ਬਾਕੀ ਤੁਸੀਂ ਕਰੋ ਇੰਜੋਏ, ਠੀਕ ਆ ਜੀ। ਓਕੇ, ਮਿਲਦੇ ਹਾਂ, ਸਤਿ ਸ਼੍ਰੀ ਅਕਾਲ। ਤੇਰੀ ਦੁਨੀਆਦਾਰੀ ਸਾਨੂੰ ਆਈ ਰਾ। ਕਿੰਨੇ ਕੁ ਦਿਨ ਪਏ ਆ ਹਜੇ ਫੀਫਾ ਨੂੰ। ਹੈਗਾ ਇਹ ਵਿਊ ਪੁਆਇੰਟ, ਕਾਰਨਿਸ਼ ਵਿਊ ਪੁਆਇੰਟ ਫੀਫਾ। ਅੱਗੇ ਤਾਂ ਕਰਾਊਡ ਬਹੁਤ ਹੁੰਦਾ, ਅੱਜ ਕਲੀਅਰ ਆ। ਅੱਜ ਪਤਾ ਲੱਗੂ ਕੀ ਹਿਸਾਬ ਕਿਤਾਬ ਇਹਦਾ। ਬੰਦ ਕਰਕੇ ਆਵਾਜ਼ ਗੂੰਜਦੀ ਆ। ਬੰਦ 32 ਡੇਸ ਰਹਿ ਗਏ ਆ। ਫੋਟੋ ਸ਼ੂਟ ਕਰ ਕੁਛ ਕੁ ਬੰਦੇ, ਬੈਕ ਸਾਈਡ ਤੋਂ ਸਾਡੇ ਤਾਂ ਦਿਖਦਾ ਹੈ। ਅੰਦਰ ਤਾਂ ਗਰਮੀ ਬਹੁਤ, ਬਾਹਰ ਹਜੇ ਹਵਾ ਚੱਲਣ ਲੱਗੀ ਆ ਕੁਛ ਕੁ ਇੱਦਾਂ ਦਾ। ਇਹ ਆ ਗਿਆ ਆਪਣਾ ਦੋਹਾ ਵਿਊ ਪੁਆਇੰਟ ਕਾਰਨਿਸ਼ ਦਾ। ਮਸਤੇ ਹੋ ਪਏ ਆ, ਬੜੀ ਸੋਹਣੀ ਚੱਲਣ ਲੱਗੀ ਉੱਥੇ।
ਪੂਰਾ ਕਵਰ ਕੀਤਾ ਪਿਆ ਹੈ ਮੀਂਹ ਕਣੀ ਤੋਂ ਬਚਾ। ਦੋ ਚਾਰ ਫੋਟੋਆਂ ਖਿੱਚਦੇ ਸੀਗੇ ਉਹ ਵੀ ਗਏ, ਟਾਈਮ ਬਹੁਤ ਹੋ ਗਿਆ, 11 ਵੱਜਣ ਵਾਲੇ ਲੱਗਦੇ ਹਨ। ਇੰਨਾ ਖਾਲੀ ਤੇ ਸੁਣਨ ਸਾਨੂੰ ਕਿਤੇ ਨਹੀਂ ਮਿਲਿਆ। ਕੰਮ ਘਰ ਚੱਲਦਾ ਪਿਆ ਜੇ ਕੋਰਨਿਸ਼ 'ਤੇ, ਤਾਂ ਵਿੱਚ ਖੜਾਕੇ ਖੜੁੱਕੇ ਜਿਹੇ ਸੁਣਦੇ ਪਏ ਆ। ਰਾਤ ਨੂੰ ਤਾਂ ਹੈਗਾ ਵੀ ਸੁਣਨ ਪਸੰਦ ਗਿਆ ਇਲਾਕਾ, ਅਤੇ ਸ਼ਾਂਤੀ ਵੀ ਆ, ਮਾਹੌਲ ਵਾਕ ਕਰਨ ਦਾ ਮਜ਼ਾ ਆਉਂਦਾ ਪਿਆ। ਇੱਧਰ ਨੂੰ ਤਾਂ ਕਿ ਹਾਲੀ ਹੋਰ ਹਵਾ ਤੇਜ਼ ਹੋ ਗਈ। ਕੂਲ ਹੋ ਗਿਆ ਵੈਦਰ ਇੱਧਰ ਆ ਕੇ, ਨਿਆਣੇ ਨਜ਼ਾਰੇ ਲੈਣ ਝੂਟੇ ਲੈਣ ਲੱਗੇ ਉਹ ਨਿਆਣੇ।
ਸਾਹਮਣੇ ਆ ਗਈ ਰਾਨੀ ਮਾਰਕੀਟ, ਇਹ ਆ ਗਿਆ ਨਜ਼ਾਰਾ ਇੱਥੇ ਬੈਠਣ ਉੱਠਣ ਨੂੰ। ਛੋਟਾ ਜਿਹਾ ਇੱਥੋਂ ਦਾ ਸੋਹਣਾ ਦਿਖਦਾ ਸਾਰਾ ਏਰੀਆ। ਧੁੱਪੇ ਨਿਕਲ ਕੇ ਕਿੱਥੇ ਜਾਣਾ, ਰਾਤ ਨੂੰ ਨਜ਼ਾਰਾ ਆਉਂਦਾ ਘੁੰਮਣ ਦਾ। ਰਾਈਡਿੰਗ ਚੱਲ ਰਹੀ ਹੈ, ਖੋਤਿਆਂ ਦੀ ਵਰਾਇਟੀ ਆ ਨਵੀਂ ਖੜੀ ਕੀਤੀ ਉਹ। ਮੈਂ ਤਾਂ ਊਠ ਹੀ ਹੋਣਾ ਚਾਹੀਦਾ ਕਿਤੇ, ਨਖਰੇ ਵਾਲੀ ਆਈਸਕ੍ਰੀਮ। ਨਖਰੇ ਵਾਲੀ ਆਈਸਕ੍ਰੀਮ ਸਾਰੀ ਦਿਹਾੜੀ ਸੌਂ ਕੇ ਜਦੋਂ ਉੱਠਣ ਦਾ ਟਾਈਮ ਹੁੰਦਾ, ਆਉਣ ਦਾ ਟਾਈਮ ਹੁੰਦਾ, ਉਦੋਂ ਬੰਦ ਹੋ ਜਾਂਦੀ ਰਾਨੀ ਮਾਰਕੀਟ ਆਪਣੀ। ਗਿਆਰਾਂ ਕੁ ਵਜੇ ਹੋ ਜਾਂਦੀ ਹੋਣੀ ਆ ਜ਼ੋਨ 11, 12, 10, ਸਾਰੇ ਜ਼ੋਨਾਂ ਦੇ ਵਿੱਚ ਵੰਡੀ ਹੋ ਪਈ ਆ। ਸਾਰੇ ਇੱਥੇ ਸਾਡੇ ਪਿੰਡ ਦੀਆਂ ਭੀੜੀਆਂ ਗਲੀਆਂ ਥਾਂ ਥਾਂ ਦਿਸਦੇ ਟੋਏ, ਭਾਵੇਂ ਗਲੀਆਂ ਭੀੜੀਆਂ ਨੇ। ਲੈ ਇਹਨੂੰ ਵੀ ਛੱਤੇ ਆਇਆ, ਮੀਂਹ ਮੂੰਹ ਨਾ ਪਵੇ, ਲੈ ਜਗ੍ਹਾ ਹੀ ਵਾਧੂ ਆਪਣੇ ਕੋਲ ਖੜੇ ਖੜੇ ਹੋਣ ਨੂੰ।
ਉੱਤੇ ਤਾਂ ਨਜ਼ਾਰਾ ਬਹੁਤ ਸੋਹਣਾ ਆ, ਜਦੋਂ ਕਰਾਊਡ ਹੁੰਦਾ ਉਦੋਂ ਪਤਾ ਨਹੀਂ ਲੱਗਦਾ, ਹੁਣ ਪਤਾ ਲੱਗਦਾ ਚੰਗੀ ਤਰ੍ਹਾਂ ਵੀ ਹੈਗਾ ਕੀ ਆ ਇਹ। ਕੋਈ ਨਹੀਂ, ਦੇਖਣ ਵਾਲਾ ਇਲਾਕਾ ਹੈਗਾ, ਪੁਰਾਣਾ ਸਟਰਕਚਰ ਖੜਾ ਕੀਤਾ ਆ। ਦੂਰੋਂ ਦੇਖਦੇ ਆ ਸਟਰਕਚਰ ਪੁਰਾਣਾ, ਰੈਸਟੋਰੈਂਟ ਵੀ ਇੱਥੇ ਹੀ ਬਣਾ ਹੋਇਆ। ਆ ਵੀ ਵਿਊ ਸੋਹਣਾ ਹੈ ਉਹਦਾ ਤਾਂ। ਵਿਊ ਸਾਰੇ ਸੋਹਣੇ ਹੁੰਦੇ ਆ, ਦੇਖਣ ਦਾ ਨਜ਼ਰੀਆ ਚਾਹੀਦਾ ਬਸ, ਹੈ ਨਾ। ਫਿਰ ਵੀ ਕਰਾਊਡ ਹੈਗਾ ਆ, ਸਪੈਂਡਰਮੈਨ ਉੜ ਗਿਆ, ਅਲਾਦੀਨ ਦਾ ਚਿਰਾਗ ਇੱਥੇ ਭੁੱਲ ਗਏ, 5-7 ਹੋ ਇੰਨੇ ਅਲਾਦੀਨ ਸੀਗੇ, ਇੱਥੋਂ ਉੱਦਾਂ ਚੀਜ਼ਾਂ ਸੋਹਣੀਆਂ ਲੈਣ ਵਾਲੀਆਂ ਡੈਕੋਰੇਸ਼ਨ ਦੇ ਲਈ ਰੱਖਣੀਆਂ ਹੁਣ ਤਾਂ। ਕਿਰਪਾਨ ਲੈ ਕੇ ਜਾਣੀ ਜੇ ਲੈ ਕੇ ਗਿਆ ਤਾਂ ਇੱਧਰੋਂ, ਸ਼ਾਮ ਦੇ ਟਾਈਮ ਆਉਣਾ ਪੈਣਾ ਆ। ਰਾਨੀ ਮਾਰਕੀਟ ਸਾਰੀ ਦੀ ਸਾਰੀ, ਜਿੰਨੀ ਵਾਰੀ ਘੁਮਾਈ ਰਾਤ ਨੂੰ ਹੀ ਘੁਮਾਈ। ਰਾਤ ਦਾ ਵੱਜ ਗਿਆ ਡੇਢ ਤੇ ਰੋਡ ਹੈਗੇ ਸੁਣੇ, ਰੋਡ ਵਾਸ਼ ਹੋ ਗਿਆ, ਇੱਧਰੀ ਸਾਈਡ ਵਾਸ਼ ਕਰਤੀ ਆ, ਦੂਸਰੀ ਲੇਨ ਵਾਸ਼ ਕਰਦੇ ਪਏ ਆ, ਡੇਲੀ ਵਾਸ਼ ਕਰਦੇ ਰੋਡ। ਸੂਈਓ ਮਾਝਾਂ ਕੋ ਨਲਾ ਨਲਾ ਕੇ ਇੱਕੋ ਜਿਹਾ ਕੀਤਾ ਆ, ਜਾ ਤਾਂ ਦਾਗ ਪੈ ਜਾਵੇ।
ਕਿੱਦਾਂ ਮੈਂ ਸ਼ਾਂਤੀ ਹਾਂਜੀ ਅਤੇ ਕਿੱਦਾਂ ਸਾਰਿਆਂ ਠੀਕ ਠਾਕ ਅੱਜ ਦਾ ਤੋਰਾ ਫਿਰ ਆਪਣਾ ਇੰਨੇ ਸੀਗਾ ਮਿਲਦੇ ਹਾਂ ਅਗਲੀ ਵੀਡੀਓ 'ਚ ਠੀਕ ਹੈ ਜੀ ਤਦ ਤੱਕ ਲਈ ਰੱਬ ਰਾਖਾ ਸਤਿ ਸ਼੍ਰੀ ਅਕਾਲ